ਆਕਲੈਂਡ ਦੇ ਵਿੱਚ ਪੈਟਰੋਲ ਸਟੇਸ਼ਨਾਂ ਤੇ ਲੁਟੇਰਿਆਂ ਵੱਲੋਂ ਲਗਾਤਾਰ ਧਾਵੇ ਬੋਲੇ ਜਾ ਰਹੇ ਨੇ। ਹੁਣ ਤਾਜ਼ਾ ਮਾਮਲਾ ਆਕਲੈਂਡ ਦੇ ਮੈਂਗਰੀ ਇਲਾਕੇ ਦਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਗੈਸ ਸਟੇਸ਼ਨ ਦੇ ਉੱਤੇ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ ਹੈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸਟੋਰ 'ਤੇ ਕੰਮ ਕਰਦੇ ਕਰਮਚਾਰੀ ਵੱਲੋਂ ਸਟੋਰ ਦੇ ਇੱਕ ਕਮਰੇ 'ਚ ਲੁੱਕ ਕੇ ਆਪਣੀ ਜਾਨ ਬਚਾਈ ਗਈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮੈਂਗਰੀ ਬ੍ਰਿਜ ਦੇ ਕੋਰੋਨੇਸ਼ਨ ਰੋਡ ਦੇ ਉੱਤੇ ਲੁੱਟ ਖੋਹ ਦੀ ਇਹ ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ, ਜਦੋਂ 5 ਲੋਕ ਗੈਸ ਸਟੇਸ਼ਨ ਦੀ ਭੰਨ ਤੋੜ ਕਰਦੇ ਹੋਏ ਅੰਦਰ ਦਾਖਲ ਹੁੰਦੇ ਨੇ। ਇਹਨਾਂ ਦੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਦੱਸੇ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਕੰਮ 'ਤੇ ਮੌਜੂਦ ਕਰਮਚਾਰੀ ਨੇ ਆਪਣੇ ਆਪ ਨੂੰ ਬੈਕ ਰੂਮ ਦੇ ਵਿੱਚ ਬੰਦ ਕਰ ਲਿਆ ਅਤੇ ਆਪਣੀ ਜਾਨ ਬਚਾਈ। ਇਹਨਾਂ ਵੱਲੋਂ ਉਸਨੂੰ ਹਿੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਸਕਿੰਟਾਂ ਦੇ ਦੌਰਾਨ ਇਹ ਪੈਟਰੋਲ ਪੰਪ ਦੀ ਭੰਨ ਤੋੜ ਕਰਦੇ ਹੋਏ ਵੱਡੀ ਗਿਣਤੀ 'ਚ ਲੁੱਟ ਦਾ ਸਮਾਨ ਲੈ ਕੇ ਫਰਾਰ ਹੋ ਗਏ। ਦੱਸ ਦਈਏ ਕਿ ਪਿਛਲੇ 1 ਹਫ਼ਤੇ ਦੇ ਦੌਰਾਨ ਇਕੱਲੇ ਆਕਲੈਂਡ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ 10 ਦੇ ਕਰੀਬ ਪੈਟਰੋਲ ਸਟੇਸ਼ਨ ਲੁੱਟੇ ਜਾ ਚੁੱਕੇ ਨੇ, ਜਿੱਥੇ ਬੀਤੀ ਰਾਤ ਇਹ ਘਟਨਾ ਮੈਂਗਰੀ ਦੇ ਵਿੱਚ ਵਾਪਰੀ। ਉੱਥੇ ਹੀ 1 ਦਿਨ ਪਹਿਲਾਂ ਮੈਨੋਰੇਵਾ ਦੇ ਵੇਮਾਊਥ ਰੋਡ ਦੇ ਉੱਤੇ ਵੀ ਲੁਟੇਰਿਆਂ ਵੱਲੋਂ ਪੈਟਰੋਲ ਸਟੇਸ਼ਨ 'ਤੇ ਦਾਖਲ ਹੋ ਕੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ $20,000 ਦੇ ਕਰੀਬ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ ਸਨ। ਫਿਲਹਾਲ ਪੁਲਿਸ ਵੱਲੋਂ ਹੁਣ ਇਸ ਘਟਨਾ ਦੀ CCTV ਫੁਟੇਜ ਦੇ ਆਧਾਰ ਦੇ ਉੱਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਆਕਲੈਂਡ ਦੇ ਵਿੱਚ ਪੈਟਰੋਲ ਸਟੇਸ਼ਨਾਂ ਤੇ ਲੁਟੇਰਿਆਂ ਵੱਲੋਂ ਲਗਾਤਾਰ ਧਾਵੇ ਬੋਲੇ ਜਾ ਰਹੇ ਨੇ। ਹੁਣ ਤਾਜ਼ਾ ਮਾਮਲਾ ਆਕਲੈਂਡ ਦੇ ਮੈਂਗਰੀ ਇਲਾਕੇ ਦਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਗੈਸ ਸਟੇਸ਼ਨ ਦੇ ਉੱਤੇ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ ਹੈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸਟੋਰ 'ਤੇ ਕੰਮ ਕਰਦੇ ਕਰਮਚਾਰੀ ਵੱਲੋਂ ਸਟੋਰ ਦੇ ਇੱਕ ਕਮਰੇ 'ਚ ਲੁੱਕ ਕੇ ਆਪਣੀ ਜਾਨ ਬਚਾਈ ਗਈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮੈਂਗਰੀ ਬ੍ਰਿਜ ਦੇ ਕੋਰੋਨੇਸ਼ਨ ਰੋਡ ਦੇ ਉੱਤੇ ਲੁੱਟ ਖੋਹ ਦੀ ਇਹ ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ, ਜਦੋਂ 5 ਲੋਕ ਗੈਸ ਸਟੇਸ਼ਨ ਦੀ ਭੰਨ ਤੋੜ ਕਰਦੇ ਹੋਏ ਅੰਦਰ ਦਾਖਲ ਹੁੰਦੇ ਨੇ। ਇਹਨਾਂ ਦੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਦੱਸੇ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਕੰਮ 'ਤੇ ਮੌਜੂਦ ਕਰਮਚਾਰੀ ਨੇ ਆਪਣੇ ਆਪ ਨੂੰ ਬੈਕ ਰੂਮ ਦੇ ਵਿੱਚ ਬੰਦ ਕਰ ਲਿਆ ਅਤੇ ਆਪਣੀ ਜਾਨ ਬਚਾਈ। ਇਹਨਾਂ ਵੱਲੋਂ ਉਸਨੂੰ ਹਿੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਸਕਿੰਟਾਂ ਦੇ ਦੌਰਾਨ ਇਹ ਪੈਟਰੋਲ ਪੰਪ ਦੀ ਭੰਨ ਤੋੜ ਕਰਦੇ ਹੋਏ ਵੱਡੀ ਗਿਣਤੀ 'ਚ ਲੁੱਟ ਦਾ ਸਮਾਨ ਲੈ ਕੇ ਫਰਾਰ ਹੋ ਗਏ। ਦੱਸ ਦਈਏ ਕਿ ਪਿਛਲੇ 1 ਹਫ਼ਤੇ ਦੇ ਦੌਰਾਨ ਇਕੱਲੇ ਆਕਲੈਂਡ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ 10 ਦੇ ਕਰੀਬ ਪੈਟਰੋਲ ਸਟੇਸ਼ਨ ਲੁੱਟੇ ਜਾ ਚੁੱਕੇ ਨੇ, ਜਿੱਥੇ ਬੀਤੀ ਰਾਤ ਇਹ ਘਟਨਾ ਮੈਂਗਰੀ ਦੇ ਵਿੱਚ ਵਾਪਰੀ। ਉੱਥੇ ਹੀ 1 ਦਿਨ ਪਹਿਲਾਂ ਮੈਨੋਰੇਵਾ ਦੇ ਵੇਮਾਊਥ ਰੋਡ ਦੇ ਉੱਤੇ ਵੀ ਲੁਟੇਰਿਆਂ ਵੱਲੋਂ ਪੈਟਰੋਲ ਸਟੇਸ਼ਨ 'ਤੇ ਦਾਖਲ ਹੋ ਕੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ $20,000 ਦੇ ਕਰੀਬ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ ਸਨ। ਫਿਲਹਾਲ ਪੁਲਿਸ ਵੱਲੋਂ ਹੁਣ ਇਸ ਘਟਨਾ ਦੀ CCTV ਫੁਟੇਜ ਦੇ ਆਧਾਰ ਦੇ ਉੱਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।